ਪਾਕਿਸਤਾਨ ਦਾ ਦੂਜਾ ਐਪੀਸੋਡ ਜਿਹਦੇ ਵਿੱਚ ਮੈਂ ਦੱਸਾਂਗਾ ਕਿ ਨਵਾਜ਼ ਸ਼ਰੀਫ ਇਹ ਦਹਾਨ ਕਿਵੇਂ ਕਿਵੇਂ ਕਰਾਂ ਤਾਰੀਫ ਪਹਿਲਾਂ ਵੀ ਸ਼ਰਫ ਨੇ ਮਾਰੀ ਇੰਗਲੈਂਡ ਨੂੰ ਭੇਜ ਦਿੱਤਾ ਫਿਰ ਆਈ ਦਿੱਤੇ ਗਏ ਨਜ਼ੀਰ ਉਹਦੀ ਗਾਲ ਪਾੜਨ ਲਈ ਬਸ ਬੜਾ ਸੀ ਗੰਭੀਰ ਜਿਹੜਾ ਤਾਲਿਬਾਨ ਪਾਕਿਸਤਾਨ ਚ ਆਇਆ ਹੋਇਆ ਇਹ ਇੰਡੀਆ ਦਾ ਲਾਂਦਾ ਟੋਪਾਇਆ ਜਿਹੜਾ ਇੱਥੇ ਆ ਕੇ ਸਾਡੀ ਮਾਝਾਂ ਚ ਸਾਡੀ ਭੈਣਾਂ ਦੀਆਂ ਸਾਡੀ ਕੁੜੀਆਂ ਦੀਆਂ ਚੱਕ ਚੱਕ ਕੇ ਬਾਥਰੂਮ ਚ ਬੰਬ ਪਾ ਦਿੰਦਾ ਹੈ ਤੇ ਇੱਕ ਬੰਬ ਨਾਲ ਹੀ ਧਮਾਕਾ ਡਾਲ ਦਿੰਦਾ ਹੈ ਪੂਰਾ ਅਤੇ ਪੁੱਜੀਆਂ ਦੇ ਟੁਕੜੇ ਟੁਕੜੇ ਹੋ ਕੇ ਬਿਖਰ ਜਾਂਦੇ ਨੇ ਇਹ ਮੌਲਵੀ ਦੋ ਟਕੇ ਦੇ ਮੌਲਵੀ ਭੈਣ ਚੋ ਦੇ ਗੱਲੇ ਮੌਲਵੀ ਇਹੋ ਜਿਹੇ ਲਾਂਡੇ ਸਾਰੇ ਇਹ ਮੌਲਵੀ ਇਹ ਭੈਣ ਚਲਾਉਂਦੇ ਨੇ ਏਰੀਆ ਦਾ ਤਾਂ ਮੁੰਡ ਮਰਾਉਂਦੇ ਨੇ ਇੱਥੇ ਆ ਕੇ ਸਾਨੂੰ ਭੂਸਿਆਂ ਵਾਂਗ ਯਾਦ ਕਰਾਉਂਦੇ ਨੇ ਇਹਨਾਂ ਦੀ ਵੀ ਆਪਾਂ ਮਾਂ ਦਾ ਥੋਡਾ ਦੇਣਾ ਬਾਕੀ ਹੋਰ ਮੈਂ ਕੀ ਕਹਾਂ ਵੀ ਅਵਾਮਾ ਇਹਨੇ ਖੋਲਤਾ ਵੀ ਨਜ਼ੀਰ ਪਟੋਰੇ ਆਪਣਾ ਪਜਾਮਾ ਲੋੜਾ ਦੇਖ ਕੇ ਜੇ ਨਜ਼ੀਰੇ ਦੀ ਬਣ ਗਈ ਜਿਵੇਂ ਪਾਕਿਸਤਾਨ ਦਾ ਹੁੰਦਾ ਕੋਈ ਗਾਂਧੀ ਡਰਾਮਾ 1972 ਚ ਵੀ ਇੰਡੀਆ ਨੇ ਇੱਦਾਂ ਕੀਤਾ ਇੰਦਰਾ ਗਾਂਧੀ ਨੇ ਫੌਜ ਭੇਜੀ ਤੇ ਜਿਹੜਾ ਬਦਲ ਦੇ ਵਿੱਚ ਅੱਤਵਾਦੀ ਸੰਗਠਨ ਉੱਥੇ ਗਾਂਢ ਕਰਵਾਈ ਸਾਡੀ ਸਾਡੀ ਗਾਂਢ ਤਾਂ ਪੜਵਾਈ ਗਈ ਪੜਵਾਈ ਸਾਡੀ ਬੰਦ ਗਈ ਉੜਵਾਈ ਜਿਹੜਾ ਪੁੱਤਰ ਦਾ ਬੜਾ ਜਲਸਾ ਅਲੀਗੜ੍ਹ ਪੁੱਟੋ ਇਹਦੀ ਬੰਦ ਕੱਲਾ ਗੱਲਾਂ ਪੁੱਟੋ ਇਹ ਨਾਰਾ ਲਾਇਆ ਇੰਦਰਾ ਗਾਂਧੀ ਨੇ ਉਸ ਤੋਂ ਬਾਅਦ ਉਹਦੀ ਬੰਦ ਜਿਵੇਂ ਪੁੱਟੀ ਹੋਈ ਤੁਹਾਨੂੰ ਪਤਾ ਹੀ ਹੋਵੇਗਾ ਉਸ ਤੋਂ ਬਾਅਦ ਬੇਨਜ਼ੀਰ ਲਾਗੂ ਹੋਈ ਅਲੱਗ ਜਿਹੜਾ ਜੋ ਬੁੜਿਆ ਹੋਇਆ ਹੁਣ ਗਿਰਦਾਰੀ ਜਿਹਦੀ ਮਾਂ ਦੀ ਫੁੱਦੀ ਕਦੇ ਵਾਜਪੇਈ ਨੇ ਵੀ ਮਾਰੀ ਉਹ ਇਸ ਦੇਸ਼ ਦਾ ਆਪਣੇ ਗਾਂਧੀ ਮੁਲਕ ਦਾ ਪ੍ਰਧਾਨ ਬਣੀ ਬੈਠਾ ਹੈ ਤੇ ਆਪਣੇ ਗਾਂਧੀ ਲੋਕਾਂ ਚ ਰਾਜ ਕਰ ਰਿਹਾ ਹੈ ਇਹ ਚੋਦਿਆਂ ਦੀ ਧਰਤੀ ਹੈ ਲੌਂਡਿਆਂ ਦੀ ਧਰਤੀ ਹੈ ਤੇ ਇਸ ਧਰਤੀ ਨੂੰ ਮੈਂ ਇਹੀ ਮੰਗ ਕਰਦਾ ਕਿ ਜਗਤਾਰੀ ਨੂੰ ਬਦਲ ਦੋ ਕੋਈ ਵਧੀਆ ਜੀ ਕਾਂਡ ਵਾਲਾ ਉਰੇ ਲੈ ਕੇ ਆਓ ਪਹਿਲਾਂ ਮੁਸ਼ਰਫ ਨੇ ਲਾਲ ਬਾਜੀ ਤੋਂ ਮਾਂ ਚੜਾਈ ਜਰੂਰਤ ਤੋਂ ਲੈ ਕੇ ਫੌਜ ਤੋਂ ਮੁੱਠ ਮੜਵਾਈ ਅੱਜ ਤੱਕ ਅਸੀਂ ਬਾਹਰ ਜਾਣਾ ਭਰ ਰਹੇ ਹਾਂ ਅਸੀਂ ਜਿਹੜੀ ਅਫਗਾਨਿਸਤਾਨ ਨਾਲ ਇਹ ਅਸੀਂ ਜਿਹੜੀ ਜਹਾਦ ਉਹਨਾਂ ਦੀ ਨਾ ਕੀਤੀ ਹੋਈ ਅਸੀਂ ਤੁਹਾਡੇ ਨਾਲ ਜਾਣ ਨਹੀਂ ਕਰਨਾ ਜਿਹੜੇ ਕਸ਼ਮੀਰ ਚ ਅਸੀਂ ਬੁੱਢ ਗਏ ਅਸੀਂ ਬੇਨੀ ਬੰਦ ਕੀਤੀ ਤਾਂ ਗੁੱਸਾ ਕਰ ਗਏ ਅਤੇ ਉਹ ਇਹੀ ਗੁੱਸਾ ਹੁਣ ਇੱਥੇ ਪਾਕਿਸਤਾਨ ਚ ਮੌਲਵੀ ਦੇ ਬੁੜ ਚ ਡੰਡੇ ਦੇ ਕੱਟ ਰਹੇ ਨੇ ਇਹ ਬਹੁਤ ਗਲਤ ਹੋ ਰਿਹਾ ਪਾਕਿਸਤਾਨ ਦੀ ਕੌਮ ਨੂੰ ਚਾਹੀਦਾ ਕਿ ਇੱਕ ਚੰਗੀ ਗਾਂਧੀ ਕੌਮ ਦੀ ਤਰ੍ਹਾਂ ਸਾਰੇ ਪਾਸੇ ਆਪਣੀ ਭੈਣ ਚਲਾਵੇ ਆਪਣੀ ਮਾਂ ਚਲਾਵੇ ਤਾਂ ਜੋ ਗੰਢ ਪਾਕਿਸਤਾਨ ਦਾ ਨਾਂ ਗਾਂਢੂਆਂ ਦੀ ਲਿਸਟ ਚ ਅੱਲਾ ਦੇ ਮੂਹਰੇ ਡੰਡੇ ਵਾਂਗ ਪੇਸ਼ ਹੋ ਸਕੇ ਅੱਲਾ ਦੀ ਮਾਂ ਦਾ ਫੁੱਦਾ ਮੁੱਲੇ ਚੁੰਮਦੇ ਲੁੱਲੇ ਕਰਨ ਚ ਤੜਫੁੱਲੇ ਥੱਲੇ ਥੱਲੇ ਹੁੱਲੇ ਹੁੱਲੇ ਇਹਨਾਂ ਦੀ ਮਾਂ ਦਾ ਫੁੱਦਾ ਅੱਲਾ ਦੀ ਮਾਂ ਦਾ ਫੁੱਦਾ।